ਰਿਚਮੰਡ ਦੇ ਸੁਰਜੀਤ ਸਿੰਘ ਦੋਸਾਂਝ ਨੂੰ ਆਪਣੇ ਪੁੱਤਰ ਤੇ ਸੱਸ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। 40 ਸਾਲਾ ਸੁਰਜੀਤ ਸਿੰਘ ਨੂੰ ਅਦਾਲਤ ਨੇ 14 ਸਾਲ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਕ 13 ਅਪ੍ਰੈਲ 2015 ਨੂੰ ਸੁਰਜੀਤ ਸਿੰਘ ਨੇ ਅੱਧੀ ਰਾਤ ਨੂੰ ਆਪਣੇ ਘਰ ਦੇ ਮਾਸਟਰ ਬੈਡਰੂਮ ਦੇ ਵਿੱਚ ਅੱਗ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਦਮ ਘੁੱਟਣ ਦੇ ਕਰਕੇ ਇੱਕੋ ਕਮਰੇ ਵਿੱਚ ਸੁੱਤੀ ਪਈ ਸੁਰਜੀਤ ਦੀ ਸੱਸ ਤੇ ਉਸਦੇ ਨਾਬਾਲਗ ਪੁੱਤਰ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਗੁਆਂਢੀਆਂ ਨੇ ਫੋਨ ਕਰਕੇ ਪੁਲਿਸ ਨੂੰ ਦਿੱਤੀ ਸੀ। ਸੁਰਜੀਤ ਦੋਸਾਂਝ ਨੂੰ ਗ੍ਰਿਫਤਾਰੀ ਕਰਕੇ ਉਸ ਉੱਪਰ ਸੈਕਿੰਡ ਡਿਗਰੀ ਮਰਡਰ ਦੇ ਚਾਰਜ ਲਗਾਏ ਗਏ ਸਨ। ਜਾਂਚ ਵਿੱਚ ਸਾਹਮਣੇ ਆਇਆ ਕਿ ਘਟਨਾ ਦੇ ਦੌਰਾਨ ਸੁਰਜੀਤ ਦਾ ਵਤੀਰਾ ਕਾਫੀ ਹਿੰਸਕ ਸੀ, ਜੋ ਕੇਸ ਦਾ ਮਹੱਤਵਪੂਰਨ ਪੱਖ ਵੀ ਬਣਿਆ। ਜਨਵਰੀ ਵਿੱਚ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਸੀ ਤੇ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵੱਲੋਂ ਅੱਜ ਸੁਰਜੀਤ ਦੋਸਾਂਝ ਨੂੰ ਸਜ਼ਾ ਸੁਣਾਈ ਗਈ ਹੈ।